देखो जो अज पंजाब कैबिनेट ने फैसला किया कि आने वाले दिनों 305 जेल वार्डरां दी भर्तियां ने जिहड़ियां ओ कीतियां जाणगियां। मैं समझदा कि जिथे एक वेलकम स्टैप है पर यह ऊट दे मूंह दे विच जीरे वाली गल है क्योंकि पंजाब दे विच हजारा असामियां इस तरह दियां जिहड़ियां लंबे समय तो खाली पईयां ने ते कई महकमें दे विच सरकार इन्हां असामियां नूं अबोलिश करन जा रही है। पर नाल ही अज जिस तरीके दे नाल इह भरन दा फैसला किया गया है कि इन्हां नूं एसएस बोर्ड की बजाय सीधियां पंजाब सरकार वल्लों डायरैक्ट भर्ती किया जाएगा, मैं समझदा कि बिल्कुल इलॉजिकल और इररैशनल फैसला है क्योंकि इहदे नाल जिथे ट्रांसपेरेंसी है जिहड़ी उहदे उपर सवालिया निशान खड़े होणगे। पिछले दिनों दे विच भी देखिया है कि किस तरीके दे नाल डॉक्टर्स और पैरामेडिकल स्टाफ दियां जिहड़ियां भर्तियां ने ਉਹ ਜ਼ਿਲ੍ਹੇ ਪੱਧਰਾਂ ਦੇ ਉੱਪਰ ਕੀਤੀਆਂ ਗਈਆਂ ਨੇ ਔਰ ਉਸ ਦੇ ਵਿੱਚ ਵੀ ਮੈਰਿਟ ਕਾਫੀ ਵੱਡੇ ਪੱਧਰ ਤੇ ਇਗਨੋਰ ਹੁੰਦੀ ਦਿਖੀ ਹੈ। ਮੈਂ ਸਮਝਦਾ ਕਿ ਇਹ ਸਰਕਾਰ ਨੂੰ ਫੈਸਲਾ ਜਿਹੜਾ ਉਹ ਰਿਵਿਊ ਕਰਨਾ ਚਾਹੀਦਾ ਕਿਉਂਕਿ ਜੇ ਇਸ ਤਰੀਕੇ ਦੇ ਨਾਲ ਸਿੱਧੀਆਂ ਭਰਤੀਆਂ ਹੀ ਕਰਨੀਆਂ ਨੇ ਸਰਕਾਰ ਨੇ ਤੇ ਫਿਰ ਪੀਪੀਐਸਸੀ ਜਾਂ ਐਸਐਸ ਬੋਰਡ ਵਰਗੇ ਮਹਿਕਮੇ ਬੋਰਡ ਚਿੱਟੇ ਹਾਥੀ ਕਿਉਂ ਬੰਨੇ ਨੇ ਜਿਨ੍ਹਾਂ ਦਾ ਲੱਖਾਂ ਕਰੋੜਾਂ ਰੁਪਏ ਦਾ ਬੋਝ ਹੈ ਜਿਹੜਾ ਉਹ ਪੰਜਾਬ ਦੀ ਜਨਤਾ ਸਿਰ ਪੈ ਰਿਹਾ। ਸੋ ਮੈਂ ਸਮਝਦਾ ਕਿ ਇਸ ਡਾਇਰੈਕਟ ਭਰਤੀ ਦੀ ਆੜ ਦੇ ਵਿੱਚ ਜਿਹੜੇ ਸੱਤਾਧਾਰੀ ਧਿਰ ਦੇ ਲੋਕ ਨੇ ਲੀਡਰ ਨੇ ਉਹ ਮੈਰਿਟ ਨੂੰ ਇਗਨੋਰ ਕਰਕੇ ਆਪਣੇ ਚਹੇਤਿਆਂ ਨੂੰ ਵਾਜਬ ਜਾਂ ਗੈਰ ਵਾਜਬ ਤਰੀਕੇ ਇਸਤੇਮਾਲ ਕਰਕੇ ਉਹ ਇਹਨਾਂ ਭਰਤੀਆਂ ਦੇ ਵਿੱਚ ਇਹਨਾਂ ਨੂੰ ਐਡਜਸਟ ਕਰਨਗੇ ਆਪਦੇ ਚਹੇਤਿਆਂ ਨੂੰ, ਜਿਹੜਾ ਕਿ ਮੈਂ ਸਮਝਦਾ ਕਿ ਪੰਜਾਬ ਦੇ ਨੌਜਵਾਨਾਂ ਦੇ ਨਾਲ ਮੈਰੀਟੋਰੀਅਸ ਨੌਜਵਾਨਾਂ ਦੇ ਨਾਲ ਇੱਕ ਬਹੁਤ ਵੱਡਾ ਕਿਤੇ ਧੋਖਾ ਸਾਬਤ ਨਾ ਹੋ ਜਾਵੇ। ਸੋ ਇਸ ਕਰਕੇ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕਰਦੇ ਹਾਂ ਕਿ ਅੱਜ ਦੇ ਜ਼ਮਾਨੇ ਦੇ ਵਿੱਚ ਟਰਾਂਸਪੇਰੈਂਸੀ ਬਹੁਤ ਜ਼ਰੂਰੀ ਹੈ, ਇਸ ਕਰਕੇ ਇਹ ਭਰਤੀਆਂ ਨੇ ਜਿਹੜੀਆਂ ਇਹ ਪ੍ਰੋਪਰ ਮੈਰਿਟ ਨੂੰ ਮੱਦੇਨਜ਼ਰ ਰੱਖ ਕੇ ਐਸਐਸ ਬੋਰਡ ਦੇ ਜ਼ਰੀਏ ਨੇ ਜਿਹੜੀਆਂ ਉਹ ਭਰੀਆਂ।